ਮੱਥਾ ਦੀ ਖੜਿਆ ਮਾਤਾ ਰਾਣੀ ਚੌਕ ਜੰਦਰ ਵਿਖੇ ਅਸੀਂ ਭੂਸ਼ਣ ਭਾਈ ਨਾਲ ਗੱਲਬਾਤ ਕਰਾਂਗੇ। ਭਾਜੀ ਸਭ ਨੇ ਪਹਿਲਾਂ ਦੱਸੋ ਕਿ ਲੋਕੀ ਜਿਹੜੇ ਹੁਣ ਵੀ ਆਵਾਜਾਈ ਬਹੁਤ ਵੱਧ ਗਈ ਹੈ, ਚਲਾਣਾਂ ਦੀ ਬਰਸਾਤ ਹੋ ਰਹੀ ਹੈ ਤੇ ਕੀ ਲੱਗਦਾ ਕਿ ਲੋਕਾਂ ਨੂੰ ਅਵੇਅਰਨੈਸ ਮਿਲ ਗਈ ਹੈ ਜੀ? ਦੇਖੋ ਜੀ, ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ। ਤੇ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਹਾਂ ਵੀ ਹਾਂ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਲੋਕੀ ਕਾਫੀ ਜਿਹੜੇ ਹੈਗੇ ਨੇ ਅਵੇਅਰ ਵੀ ਹੋਏ ਨੇ, ਲੇਕਿਨ ਜਿਸ ਬੰਦੇ ਕੋਈ ਕਮੀ ਹੈਗੀ ਹੈ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂ, ਤੁਸੀਂ ਆਪਣਾ ਮਾਸਕ ਵਗੈਰਾ ਪਹਿਨ ਕੇ ਰੱਖੋ ਜਾਂ ਆਪਣੇ ਕਾਗਜ਼ ਪੂਰੇ ਰੱਖੋ। ਜਿਹੜਾ ਤਾਂ ਪਾਲਣਾ ਕਰਦਾ ਸਮਝਦਾ ਉਸ ਗੱਲ ਨੂੰ, ਉਹਨੂੰ ਛੱਡ ਦਿੰਦਾ। ਜਿਹੜਾ ਜ਼ਿਆਦਾ ਫੇਸ ਗੱਲ ਤੋਂ ਵੱਧ ਦਿੰਦਾ ਵੀ ਉਹ ਨਹੀਂ ਕਿਸੇ ਨੂੰ ਛੱਡਣ ਜੋਗਾ, ਉਹਦਾ ਚਲਾਣ ਵੀ ਕਰੀਦਾ। ਠੀਕ ਹੈ, ਅਤੇ ਮਾਸਕ ਜਿਹੜਾ ਹੈਗਾ ਜੁਰਮਾਨਾ ਵੀ ਸਾਡੇ ਨਾਲ ਵੀ ਕਾਪੀ ਹੈਗੀ ਹੈ, ਜੁਰਮਾਨਾ ਮਾਸਕ ਦਾ ਵੀ ਕਰੀਦਾ ਜਾਂ ਹੋਰ ਜਿਹੜਾ ਹੈਗਾ ਸੋਸ਼ਲ ਡਿਸਟੈਂਸ ਉਸ ਸੰਬੰਧੀ ਜੋ ਮਾਨਯੋਗ ਆਪਣੇ ਸੀਐਮ ਸਾਹਿਬ ਨੇ ਹਦਾਇਤਾਂ ਹੈਗੀਆਂ ਨੇ ਉਹ ਵੀ ਪਾਲਣਾ ਕਰੀ ਜਾ ਰਹੀ। ਸਰ, ਇੱਕ ਹੋਰ ਵੱਡੀ ਗੱਲ ਹੈ ਕਿ ਜਿਹੜੇ ਹੁਣ ਬਾਈਕ 'ਤੇ ਚੱਲਦੇ ਸਮੇਂ ਇੱਕ ਫੋਨ ਸੁਣਨਾ ਬੜਾ ਵੱਡਾ ਐਕਸੀਡੈਂਟ ਦਾ ਕਾਰਨ ਬਣ ਸਕਦਾ, ਉਹਨਾਂ 'ਤੇ ਵੀ ਕੋਈ ਸਿਕੰਦਾ ਕਿਸੇ ਜਾਂਦਾ? ਬਿਲਕੁਲ ਜੀ, ਜਿਹੜਾ ਦੇਖੀਦਾ ਦੂਰ ਹੁੰਦਾ ਫੋਨ ਦਾ ਦੂਰ ਪਾਲ ਰਹਿ ਜਾਂਦਾ, ਹਾਂ ਫੋਨ ਸੁਣਦਾ ਆ ਰਿਹਾ। ਠੀਕ ਹੈ, ਜਦੋਂ ਉਸ ਰੋਕ ਕੇ ਪਹਿਲਾਂ ਸਮਝਾਈਦਾ ਵੀ ਹਾਂ ਤੂੰ ਇਹ ਜਿਹੜਾ ਕੰਮ ਕਰ ਰਿਹਾ ਤੇਰਾ ਨੁਕਸਾਨ ਹੋ ਸਕਦਾ ਜਾਂ ਕਿਸੇ ਹੋਰ ਦਾ ਨੁਕਸਾਨ ਹੋ ਸਕਦਾ। ਇਹਨੂੰ ਮੈਂ ਚਲਾਣ ਕਰਕੇ ਦੱਸਦਾ ਹਾਂ ਵੀ ਆਪਣੀ ਰਵਾਇਤ ਨਹੀਂ ਕੀਤਾ ਕਿ ਜਿਹੜਾ ਚਲਾਣ ਬਣਦਾ ਇਹਦੇ ਨੂੰ ਸਮਝਾ ਕੇ ਜਿਹੜਾ ਚਲਾਣ ਕਰਕੇ ਉਹ ਜਲਦੀ ਹੁੰਦੀ ਆ, ਜੇ ਨਾ ਸਮਝਾਈਦਾ ਹਾਂ ਵੀ ਆਖਿਰ ਉਸ ਜਾ ਕੇ ਚਲਾਣ ਕਰਾਓ ਇਹ ਕਸਮ। ਇਹ ਮਾਸਕ ਦਾ ਚਲਾਣ ਜਾਂ ਹੋਰ ਛੋਟੇ ਛੋਟੇ ਚਲਾਣ ਮੌਕੇ 'ਤੇ ਹੀ ਸਰ ਉਹਨਾਂ ਕੋਲ ਲਿਆ ਜਾਂਦੇ ਨੇ ਜੁਰਮਾਨਾ? ਜੀ, ਉਹ ਮੌਕੇ 'ਤੇ ਆਪਣੇ ਜਿਹੜਾ ਹੈਗੇ ਨੇ ਸਾਡੇ ਕੋਲ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਜੀ ਆਪਣੀ ਕਾਪੀ ਹੋਈ ਹੈ। ਠੀਕ ਹੈ, ਮੌਕੇ 'ਤੇ ਹੀ ਉਹਨਾਂ ਕੋਲ ਮਾਸਕ ਦਾ ਹੋਇਆ ਜਾਂ ਜਿਹੜੇ ਜ਼ਿਆਦਾ ਸੋਸ਼ਲ ਡਿਸਟੈਂਸ ਨਹੀਂ ਰੱਖ ਰਹੇ, ਗੱਡੀ ਜ਼ਿਆਦਾ ਪੈ ਰਹੀ ਹੈ, ਉਹਨਾਂ ਦਾ ਮੌਕੇ 'ਤੇ ਹੀ ਚਲਾਣ ਜਿਹੜਾ 500 ਰੁਪਏ, 2000 ਰੁਪਏ, 3000 ਰੁਪਏ ਸਰਕਾਰੀ ਵੱਡੇ ਵਹੀਕਲ ਨੇ ਉਹਨਾਂ ਦਾ 3000 ਰੁਪਇਆ ਕਾਰ ਦੇ ਵਿੱਚ ਇੱਕ ਲੈ ਕੇ ਡਰਾਈਵਰ ਤੋਂ ਛੱਡ ਕੇ ਬਹੁਤ ਸਵਾਰੀਆਂ ਨੇ ਵੱਧ ਵੇਚੀਆਂ ਨੇ, ਉਹਨਾਂ ਦਾ 2000 ਰੁਪਏ ਜੁਰਮਾਨਾ। ਮਾਸਕ ਪਾਉਣਾ, ਟੁੱਕਣਾ ਜਾਂ ਆਪਣਾ ਜਿਹੜਾ ਹੈਗਾ ਤੂੰ ਵੀ ਦਰੋ ਉੱਤੇ ਦੋ ਬੰਦੇ ਬੈਠਣਾ, ਠੀਕ ਹੈ, 500 ਰੁਪਏ ਦਾ ਜੁਰਮਾਨਾ ਜਿਹੜਾ ਹੈਗਾ ਉਹਨਾਂ ਨੂੰ ਲਗਾ ਦਿੱਤਾ। ਸਰ, ਕਿੰਨੇ ਕੁ ਚਲਾਣ ਅੱਜ ਤੱਕ ਤੁਹਾਡੇ ਮੁਤਾਬਿਕ ਦੋ ਕੋਵਿਡ-19 ਤੋਂ ਲੈ ਕੇ ਹੁਣ ਤੱਕ ਦੇ ਕਿੰਨੇ ਕੁ ਚਲਾਣ ਹੋ ਚੁੱਕੇ ਹੋਣ? ਦੇਖੋ ਜੀ, ਮੇਰੇ ਇਲਾਕੇ ਦੇ ਤਕਰੀਬਨ ਇਸ ਦੇ ਇਲਾਕੇ ਜਿਹੜੇ ਹੈਗੇ ਆ 10 ਤੋਂ 12 ਚਲਾਣ ਜਿਹੜੇ ਡੇਲੀ ਚੁੱਕੇ ਹੋਏ ਨੇ। ਠੀਕ ਹੈ, ਇਹੀ ਸੂਰਤ 4 ਚਲਾਣ ਕਰ ਚੁੱਕੇ ਹਾਂ। ਠੀਕ ਹੈ, ਬਸ ਆਪਾਂ ਕੋਸ਼ਿਸ਼ ਕਰੀਦੀ ਵੀ ਹਾਂ ਸਮਝਾਇਆ ਜਾਵੇ, ਸਮਝਾ ਕੇ, ਕਿਉਂਕਿ ਅੱਜ ਕੱਲ੍ਹ ਪਬਲਿਕ ਦੇ ਕੋਲ ਇਹ ਕਦੋਂ ਪੈਸੇ ਵੀ ਨਹੀਂ ਹੈਗੇ। ਬਿਲਕੁਲ ਸਰ, ਕਈ ਤਾਂ ਇਸ ਤਰ੍ਹਾਂ ਆ ਕੇ ਬੈਠ ਜਾਂਦੇ ਹਾਂ ਵੀ ਸਾਰਾ ਬੈਠੇ ਆ ਜੀ ਕਿ ਅਸੀਂ ਕੁਛ ਨਹੀਂ ਕਰ ਸਕਦੇ। ਬਿਲਕੁਲ, ਇਹਨਾਂ ਸਮਝਾ ਕੇ ਕਈਆਂ ਨੂੰ ਫਿਰ ਜ਼ਿੰਮੇਵਾਰ ਵਿਅਕਤੀ ਦਾ ਲਾ ਲਈ ਦਾ ਮਾਡੇ ਦਾ ਲਾ ਕੇ ਦੱਸੀ ਦਾ ਹਾਂ ਵੀ ਇਹ ਗਲਤੀ ਹੈ, ਇਹਨੂੰ ਸਮਝਾਓ ਅੱਗੇ ਤੋਂ ਗਲਤੀ ਨਾ ਕਰੇ। ਸਰ, ਆਲਮੋਸਟ ਜ਼ਿਆਦਾਤਰ ਤਾਂ ਪਤਾ ਲੱਗ ਜਾਂਦਾ ਬੰਦਾ ਕਿਹੜਾ ਝੂਠ ਬੋਲ ਰਿਹਾ ਤਾਂ ਕਿਹੜਾ ਸੱਚ ਬੋਲ ਰਿਹਾ, ਉਹ ਤਾਂ ਆਲਰੇਡੀ ਤੁਹਾਡੀ ਤਾਂ ਨਜ਼ਰਾਂ ਬਿਲਕੁਲ ਜ਼ਬਰਦਸਤ ਬਿਲਕੁਲ ਪਤਾ ਲੱਗ ਜਾਂਦਾ। ਹਾਂ, ਜਿਸ ਕੋਲ ਪੈਸੇ ਨਹੀਂ ਹੈ ਉਹ ਪਹਿਲਾਂ ਪੈਸਾ ਵੀ ਨਹੀਂ ਪਾਉਂਦਾ, ਜਿੰਨਾ ਵੀ ਆ ਪੈਸਾ ਵਾ ਵੀ ਹੈ ਜਾਂ ਜਦ ਦਿਹਾੜੀਦਾਰ ਬੰਦਾ ਵਾ ਫਿਰ ਦਿਹਾੜੀ ਕਰਕੇ ਆ ਰਿਹਾ। ਕੋਸ਼ਿਸ਼ ਕਰਦੀ ਹਾਂ ਸਮਝਾ ਕੇ, ਹਾਂ ਨਾ ਇਹ ਕੰਮ ਨਾ ਕਰੋ। ਔਰ ਕਈ ਸੰਸਥਾਵਾਂ ਨੇ ਸਾਨੂੰ ਮਾਸਕ ਵੀ ਦਿੱਤੇ ਹੋਏ ਨੇ, ਉਹ ਫਿਰ ਅਸੀਂ ਆਪਣੇ ਦੇ ਨਾਲ ਆਪਣੇ ਵੱਲੋਂ ਉਹਨਾਂ ਨੂੰ ਆ ਦੇਈਦੇ ਹਾਂ, ਅਸੀਂ ਕਹਿ ਰਹੇ ਮਾਸਕ ਸਾਨੂੰ ਜ਼ਰੂਰੀ ਹੈ ਇਸ ਤਰੀਕੇ ਨਾਲ ਕਿ ਕਰੋਨਾ ਜਿਹੜਾ ਅੱਗੇ ਨਾ ਵੱਧ ਸਕੇ। ਬਿਲਕੁਲ ਕੁਸ਼ੁੰਬਾ ਜੀ, ਹੁਣ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਵਾਰ ਵਾਰ ਕਾਨੂੰਨ ਨੂੰ ਤੋੜ ਦੇਣਾ, ਉਲੰਘਣਾ ਕਰ ਦੇਣਾ, ਮਗਰ ਤੁਹਾਡੇ ਵਾਲੇ ਦੇਖ ਕੇ ਮੁੜ ਵੀ ਜਿਹਨਾਂ ਦੇ ਘਰਾਂ 'ਚ ਵੀ ਬੈਠੇ ਨਾ ਜਾਂ ਜਿੱਥੋਂ ਤੱਕ ਵੀ ਤੁਹਾਡਾ ਮੈਸੇਜ ਪਹੁੰਚਣਾ, ਉਹਨਾਂ ਸਾਰੇ ਵੀਰ ਭੈਣ ਭਰਾਵਾਂ ਨੂੰ ਖਾਸ ਤੌਰ 'ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਸਰ? ਮੈਂ ਜੀ ਹੱਥ ਜੋੜ ਕੇ ਸਾਰਿਆਂ ਅੱਗੇ ਬੇਨਤੀ ਕਰਨਾ ਵੀ ਜਿਹੜਾ ਹੈਗਾ ਮਾਨਯੋਗ ਸੀਐਮ ਸਾਹਿਬ ਜਾਂ ਡੀਸੀ ਸਾਹਿਬ ਜਾਂ ਸੀਪੀ ਸਾਹਿਬ ਸਾਡੇ ਜੋ ਹੁਕਮ ਦੇ ਰਹੇ ਨੇ ਅਸੀਂ ਉਹਨਾਂ ਦੀ ਪਾਲਣਾ ਕਰਾ ਰਹੇ ਹਾਂ। ਤੁਸੀਂ ਉਹਦੀ ਪਾਲਣਾ ਕਰੋ, ਆਪ ਹੈਲਮਟ ਪਹਿਨ ਕੇ ਰੱਖੋ, ਮਾਸਕ ਪਾ ਕੇ ਰੱਖੋ ਤਾਂ ਜੋ ਸਾਨੂੰ ਵੀ ਕੋਈ ਦਿੱਕਤ ਨਾ ਆਵੇ ਅਤੇ ਉਹਨਾਂ ਨੂੰ ਦਿੱਕਤ ਨਾ ਆਵੇ। ਬਿਲਕੁਲ, ਅਤੇ ਜਿਹੜਾ ਹੈਗਾ ਵਾ ਇਹਦੀ ਵੱਧ ਤੋਂ ਵੱਧ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਵਹੀਕਲ ਭਜਾ ਕੇ ਇੱਕ ਪਰਸੋਂ ਜਿਹੜਾ ਹੈਗਾ ਇਸ ਤਰ੍ਹਾਂ ਮੇਰੇ ਜੀ ਭਜਾ ਕੇ ਕਾਰ ਸੋਰੀ ਬਿਊਟੀ ਕਾਰ ਸੀ ਭਜਾ ਕੇ ਲੈ ਗਿਆ ਸੀ, ਮੈਂ ਮੈਸੇਜ ਕਰਾਇਆ 6 ਨੰਬਰਾਂ ਨਾਲ ਫੜ ਲਿਆ, ਮੁੜ ਕੇ 6 ਨੰਬਰਾਂ ਨੇ ਉੱਤੇ ਕਾਰਵਾਈ ਕੀਤੀ। ਠੀਕ ਹੈ, ਜੇ ਅਗਰ ਕੋਈ ਵਹੀਕਲ ਭਜਾਉਣ ਦੀ ਕੋਸ਼ਿਸ਼ ਕਰਦਾ ਵੀ ਨਾਲ ਮੈਸੇਜ ਕਰ ਦਿਆ ਸੀ। ਬਿਲਕੁਲ ਕੁਸ਼ੁੰਬਾ ਜੀ, ਬਹੁਤ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਹੈ। ਸਰਕਾਰਾਂ ਦੀ ਗੱਲ ਕਰੀਏ ਤਾਂ ਕਾਨੂੰਨ ਨੂੰ ਵਧਾਉਣ ਦੀ ਬੜੀ ਕੋਸ਼ਿਸ਼ ਕਰਦੇ ਆ ਲੋਕੋ ਦੋਸਤ, ਅਗਰ ਤੁਸੀਂ ਕਹਿੰਦੇ ਹੋ ਨਾ ਕਿ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਹੀ ਹੈ, ਤੇ ਮੇਰੇ ਮੁਤਾਬਿਕ ਹੈ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਕਾਨੂੰਨ ਨੂੰ ਉਲੰਘਣਾ ਕਰਨ ਵਾਲੇ ਦਾ ਧੱਕਾ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਾਨੂੰਨ ਬਣਾਏ ਇਸ ਕਰਕੇ ਨਾ ਦੋਸਤੋ। ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ, ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਸ ਕਾਨੂੰਨ ਦੀ ਪਾਲਣਾ ਕਰਨੀ, ਮਗਰ ਅਸੀਂ ਫਿਰ ਵੀ ਪਾਲਣਾ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਸਾਡੇ ਵਿੱਚ ਆਪਣੀਆਂ ਕੀ ਕਮਜ਼ੋਰੀਆਂ ਹਨ, ਅਤੇ ਅਗਰ ਅਸੀਂ ਆਪੋ ਕਾਨੂੰਨ ਦੀ ਪਾਲਣਾ ਨਹੀਂ ਕਰਾਂਗੇ ਤਾਂ ਦੁਨੀਆ ਫਿਰ ਅਸੀਂ ਕੋਸ਼ਣ ਦੀ ਕੋਈ ਲੋੜ ਨਹੀਂ। ਕੈਮਰਾਮੈਨ ਬੰਟੀ ਦਾ ਨਾਂ, ਐਸ ਕੇ ਸਕਸੈਨਾ, ਆਜ ਤੱਕ ਆਪਣੇ ਸਾਹਮਣੇ, ਮਾਤਾ ਰਾਣੀ ਚੌਂਕ, ਜਲੰਧਰ।